ਅਸਲਾਮੁਆਲਿਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਤੇ ਮਿਠਾ ਜੀ ਵਡੀਆਂ ਖਬਰਾਂ ਲੈ ਕੇ ਇੱਕ ਵਾਰੀ ਫਿਰ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਯਕੀਨ ਕਰੋ ਕਿ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਫਰਾ ਗੋਗੀ ਦੇ ਬਾਰੇ ਦੱਸਿਆ ਔਰ ਅਖੀਰ ਹੋ ਗਈ ਯਾਨੀ ਕਿ ਫਰਾ ਗੋਗੀ ਨੇ ਜਿਹੜੇ ਉਹਦੇ ਆਪਣੇ ਬੈਂਕ ਅਕਾਊਂਟ ਨੇ ਉਹਨਾਂ ਦੇ ਵਿੱਚੋਂ 15 ਅਰਬ ਰੁਪਈਆ ਬ੍ਰਾਹਮਡ ਹੋਇਆ ਔਰ ਕੁ ਦਰਜਨਾ ਦੇ ਸਹਾਬ ਤੇ ਬੈਂਕ ਅਕਾਊਂਟ ਨੇ ਔਰ ਜਿਹੜਾ ਇਹ ਉਹ ਪੈਸਾ ਹੈ ਜਿਹੜਾ ਉਹਨੇ ਕਮਿਸ਼ਨ ਲਿਆ ਯਾਨੀ ਕਿ 100 ਅਰਬ ਰੁਪਈਆ ਉਸ Imran Khan ਨੂੰ ਬਣਾ ਕੇ ਦਿੱਤਾ ਸਾਢੇ 3 ਸਾਲਾਂ ਦੇ ਵਿੱਚ ਤੂੰ ਜਰਾ ਚੈੱਕ ਕਰ ਨਾ ਵੈ ਗੋਗੀ ਜਿਹੜੀ ਹੈ ਕਿੰਨੀ ਕਮਾਊ ਧੀ ਸੀ ਨਿਆਜ਼ੀ ਸਾਹਿਬ ਦੇ ਮਤਲਬ ਕਿੰਨੀ ਕਮਾਊ ਸੀ ਕਿ 3-3.5 ਸਾਲ ਦੇ ਵਿੱਚ ਨਿਆਜ਼ੀ ਨੂੰ 100 ਅਰਬ ਰੁਪਈਆ ਕਮਾ ਕੇ ਦਿੱਤਾ ਪੰਜਾਬ ਦੇ ਵਿੱਚ ਲਾਹੌਰ ਡਿਫੈਂਸ ਦੇ ਵਿੱਚ ਬਹਿ ਕੇ। ਔਰ ਬਗੈਰ ਕਿਸੇ ਕਾਰੋਬਾਰ ਤੋਂ ਦਿੱਤਾ। ਹੁਣ ਤੁਸੀਂ ਅੰਦਾਜ਼ਾ ਲਾਓ ਨਾ ਮੈਂ ਕਿਹੜਾ ਕਾਰੋਬਾਰ ਸੀ ਜਿਹੜਾ ਨਜ਼ਰ ਕਿਸੇ ਨੂੰ ਨਹੀਂ ਆਂਦਾ ਔਰ 100 ਅਰਬ ਰੁਪਈਆ ਨਿਆਜ਼ੀ ਨੂੰ ਕਮਾ ਕੇ ਦੇ ਦਿੱਤਾ ਆਪਣੇ ਅੱਬਾ ਜੀ ਨੂੰ। ਕਿਉਂਕਿ ਨਿਆਜ਼ੀ ਦਾ ਉਹ ਇੰਟਰਵਿਊ ਪਿਆ ਹੈ ਨਾ YouTube ਤੇ ਕਿ ਫਰਾਗ ਹੋ ਗਈ ਤੇ ਬੱਚੀ ਹੈ ਵਿਚਾਰੀ। ਉਹਦੇ ਤੇ ਤੁਸੀਂ ਐਵੇਂ ਹੀ ਇਲਜ਼ਾਮ ਲਾਉਂਦੇ। ਨਹੀਂ ਜੀ ਅਸੀਂ ਕਿਉਂ ਇਲਜ਼ਾਮ ਲਾਣਾ? ਅਸੀਂ ਤੇ ਹਕੀਕਤ ਬਿਆਨ ਕਰ ਰਹੇ ਹਾਂ। 15 ارب ਰੁਪਇਆ ਇਹ ਜਿਹੜੀ ਬੱਚੀ ਐ ইমরান ਖਾਨ ਸਾਹਿਬ ਦੀ ਇਹ ਹੁਣ ਪਤਾ ਨਹੀਂ ਕਿਦੇ ਚੋਂ ਐ ਇਹ ਅੱਲਾ ਹੀ ਬਿਹਤਰ ਜਾਣਦਾ ਐ ਸ਼ੇਖ ਰਸ਼ੀਦ ਚੋਂ ਐ ਜਾਂ ਫਵਾਦ ਚੌਧਰੀ ਚੋਂ ਐ ਜਾਂ ਰਮਲੀ ਚੋਂ ਇਸ ਗੱਲ ਦਾ ਸਨ ਕੀ ਪਤਾ ਲੇਕਿਨ ਇਹ ਵੀ ਕਿ 15 ارب ਉਹਦੇ ਅਕਾਊਂਟ ਚੋਂ ਨਿਕਲਿਆ ਉਹਦੇ ਜਿਹੜੇ ਬੈਂਕ ਅਕਾਊਂਟ ਸੀ ਔਰ 100 ارب ਰੁਪਇਆ ਉਸ ਖਾਨ ਸਾਹਿਬ ਨੂੰ ਕਮਾ ਕੇ ਦਿੱਤਾ ਇੰਨੀ ਕਮਾਉ ਧੀ ਸੀ ਉਹ ਖਾਨ ਸਾਹਿਬ ਦੀ ਔਰ ਯੁੱਥੀਆਂ ਦੀਓ ਜੋ ਅਗੋਂ ਤੁਸੀਂ ਵੀ ਨਾਲ ਲਾਣਾ ਉਹ ਤੁਸੀਂ ਲਾ ਲਿਆ ਜੀ ਠੀਕ ਹੋ ਗਿਆ ਵੱਡੇ ਇਨਕਸ਼ਾਫਾਤ ਵੱਡੀਆਂ ਗੱਲਾਂ ਵੱਡੇ ਰੌਲੇ ਜਿਹੜੇ ਨੇ ਇਹ ਨਿਕਲਦੇ ਨੇ ਪਏ ਜਿਵੇਂ ਜਿਵੇਂ ਗੱਲ ਅੱਗੇ ਵੱਧਦੀ ਏ ਪਈ ਮਤਲਬ ਹੈ ﻋਲੀਮ ਖਾਨ ਸਾਹਿਬ ਵੀ ਅੱਜ ਕਹ ਰਹੇ ਸੀ ਕਿ ਸਾਨੂੰ ਕਹਿੰਦਾ ਸੀ ਵਿਆਸਤੇ ਮਦੀਨਾ ਬਣਾਣੀ ਹੈ ਤੇ ਆਪ ਲੁੱਟੀ ਜਾਂਦਾ ਸੀ ਕਹਿੰਦਾ ਸਾਨੂੰ ਕਹਿੰਦਾ ਸੀ ਵਿਆਸਤੇ ਮਦੀਨਾ ਬਣਾਣੀ ਹੈ ਆਪ ਲੁੱਟੀ ਜਾਂਦਾ ਸੀ ਇੰਨੀ ਕ੍ਰਪਸ਼ਨ ਕੀਤੀ ਹੈ ਕਿ ਤਬਾਹੇ ਲਾ ਦਿੱਤੇ ਨੇ ﻋਲੀਮ ਖਾਨ ਜਿਹੜਾ ਜੋ ਕਿਧਰੇ ਰਾਵਲ ਪਿੰਡੀ ਦੇ ਕੋਲ ਕਿਸੇ ਜਗ੍ਹਾ ਤੇ ਇਹ ਖitab ਕਰ ਰਿਹਾ ਸੀ 2-4 ਦਰਜਨ ਲੋਕਾਂ ਨੂੰ ਪਤਾ ਨਹੀਂ ਹੁਣ ਯੂਥ ਏ ਸਾਡ ਜਿਨ੍ਹਾਂ ਨੂੰ ਖitab ਕਰ ਰਿਹਾ ਸੀ ਹੋਂ ਕੌਣ ਸਨ ਇਸ ਗੱਲ ਦਾ ਸਾਡ ਨਹੀਂ ਪਤਾ ਲੇਕਿਨ ਖitab ਕਿਧਰੇ ਕਰ ਰਿਹਾ ਸੀ ਤੇ ਬੜੀਆਂ ਸਿੱਧੀਆਂ ਸਿੱਧੀਆਂ ਔਰ ਵੱਖਰੀਆਂ ਗੱਲਾਂ ਜਿਹੜਾ ਨਾ ਉਹ ਕਰ ਰਿਹਾ ਸੀ ਜਿਹੜੀਆਂ ਅਸੀਂ ਪਿਛਲੇ 3 ਸਾਲ ਤੋਂ ਕਰ ਰਹੇ ਹਾਂ ਉਹ ਹੁਣ ਅਲੀਮ ਸਾਹਿਬ ਖਾਨ ਸਾਹਿਬ ਵੀ ਉਹ ਵੀ ਕਰਨ ਲੱਗ ਗਏ ਚਲੋ ਦੇਰ ਆ ਇਦਰ ਉਸਤਾਏ ਠੀਕ ਹੋ ਗਿਆ ਰਾ ਜੀ ਤੇ ਇਹਦੇ ਦੌਰਾਨ ਹੀ ਅਸੀਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਡੰਡਾ ਗਰਮ ਹੋ ਗਿਆ ਦੋ ਵੱਡੇ ਯੁੱਥੀਏ ਗ੍ਰਿਫਤਾਰ ਇੱਕ ਹੀ ਮਾਮਲਾ ਇਹ ਤੁਹਾਨੂੰ ਦੱਸਨੇ ਆ ਪੀਰਨੀ ਦਾ ਜਾਦੂ ਝੂਠ ਨਿਕਲਿਆ ਵੱਡਾ ਰਾਜ਼ ਫਾਸ਼ ਹੋ ਗਿਆ ਅੱਛਾ ਜੀ 5 ਕਰਾਟ ਹੀਰਿਆਂ ਦੀ ਅੰਗੂਠੀ ਬਹਿਰੀਆ ਟਾਊਨ ਤੇ ਮਲਕ ਰਿਆਜ਼ ਇਹ ਕੀ ਮਾਮਲਾ ਇਹ ਅਸੀਂ ਤੁਹਾਨੂੰ ਦੱਸਨੇ ਆ ਅਸੀਂ ਹੁਣ ਇੱਥੇ ਹੀ ਸ਼ੁਰੂ ਕਰ ਲਈਏ 5 ਕਰਾਟ ਹੀਰੇ ਦੀ ਅੰਗੂਠੀ ਤੇ ਬਹਿਰੀਆ ਟਾਊਨ ਔਰ ਮਲਕ ਰਿਆਜ਼ ਇਹ ਹੁਣ ਪੀਰਨੀ ਪੀਰਨੀ ਤੇ ਪੀਤਨੀ ਹਰ ਤਰਫ ਪੀਰਨੀ ਦਾ ਰੌਲਾ ਗੋਗੀ ਦਾ ਹਿਸਾਬ ਤੇ ਅਸੀਂ ਤੁਹਾਨੂੰ ਦੱਸ ਛੜਿਆ ਇਹ ਉਹ ਹਿਸਾਬ ਸੀ ਜਿਹੜਾ ਅਸੀਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਜਿਹੜਾ ਸਮਝੋ ਕਿ ਐਵੇਂ 20 30% ਇਹ ਉਹ ਚੀਜ਼ਾਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ ਜਿਹੜੀਆਂ ਰਿਕਾਰਡ ਦਾ ਹਿੱਸਾ ਨੇ ਪਾਕਿਸਤਾਨ ਦੇ ਰਿਕਾਰਡ ਦਾ ਜਿਹੜਾ ਹਿੱਸਾ ਨੇ ਉਹ ਅਸੀਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਬਾਕੀ ਜਿਨ੍ਹਾਂ ਦਾ ਰਿਕਾਰਡ ਨਹੀਂ ਉਹ ਖਰਬਾਂ ਦਾ ਮਾਮਲਾ ਹੈ ਉਹ ਅਰਬਾਂ ਦਾ ਮਾਮਲਾ ਨਹੀਂ ਗੱਲ ਬੜੀ ਉਤਾ ਨਿਕਲ ਨਿਕਲ ਜਾ ਚੁੱਕੀ ਹੈ ਠੀਕ ਹੋ ਗਿਆ ਇਹ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਪੀਰਨੀ ਜਿਹੜੀ ਹੈ ਇਹ ਮਤਲਬ ਗੋਗੀ ਦੇ ਅਕਾਊਂਟ ਚੋਂ ਸਿਰਫ 15 ਅਰਬ ਨਿਕਲਿਆ ਨਾ ਤੇ ਪੀਰਨੀ ਦੇ ਇੱਕ ਮੁੰਡੇ ਦੇ ਅਕਾਊਂਟ ਦੇ ਵਿੱਚੋਂ 2400 ਕਰੋੜ ਨਿਕਲਿਆ ਸੀ 2400 ਕਰੋੜ ਕਿੰਨਾ ਹੁੰਦਾ 24 ਅਰਬ ਹੁੰਦਾ ਠੀਕ ਹੋ ਗਿਆ ਨਾ ਮਤਲਬ ਇਹ ਇੱਕ ਅਕਾਊਂਟ 'ਚੋਂ ਪਾਕਿਸਤਾਨ ਦੇ ਵਿੱਚ ਔਰ ਜਿਹੜਾ ਇਹਨਾਂ ਦਾ ਜਿਹੜਾ ਗੁਰੂ ਸੀ ਜਿਹੜਾ ਇਹਨਾਂ ਦਾ ਇੱਕ ਇਮਾਮ ਟਾਈਪ ਸੀ ਨੌਸਰ ਬਾਜ਼ 2 ਨੰਬਰ ਮੌਲਵੀ ਤਾਰਕ ਜਮੀਲ ਉਹਦੇ ਅਕਾਊਂਟਾਂ ਦੇ ਵਿੱਚੋਂ ਸਿਰਫ 49 ਕਰੋੜ ਰੁਪਈਆ ਨਿਕਲੇ ਆ। ਮਤਲਬ ਇਹ ਰਿਆਸਤੇ ਮਦੀਨਾ ਬਣਾ ਨਿਕਲੇ ਸੀ। ਤੁਸੀਂ ਜਰਾ ਅੰਦਾਜ਼ਾ ਲਾ ਲ ਠੀਕ ਹੋ ਗਿਆ ਨਾ ਇਹ ਹੁਣ 5 ਕਰਾਟ ਅੰਗੂਠੇ ਵਾਲੀ ਕੀ ਹਸਤਾਬ ਇਹ ਤੁਸਾਂ ਗੁੱਗੀ ਔਰ ਮਲਕ ਰਿਆਸਤ ਦੀ ਕੁੜੀ ਦੀ ਆਡੀਓ ਇੱਕ ਸੁਣੀ ਹੋਣੀ। ਕਿ ਜਿਹਦੇ ਚ ਉਹ ਨੂੰ ਕਹਿ ਰਹੀਏ ਕਿ ਤਰੇ ਕਰਾਟ ਦੀ ਜਿਹੜੀ ਅੰਗੂਠੀ ਹੈ ਤਰੇ 3 ਕੈਰਟ ਦੀ ਉਹ ਪੀਰਨੀ ਨਹੀਂ ਮੰਨਦੀ ਪਈ ਉਹ ਆਂਦੀ ਨਹੀਂ ਮੈਂ 5 ਕੈਰਟ ਦੀ ਲੈਣੀ। ਤੇ ਹੁਣ 5 ਕੈਰਟ ਦੀ ਜਿਹੜੀ ਅੰਗੂਠੀ ਉਸ ਲਈ ਸੀ ਉਹ ਤੇ ਬਦਲੇ ਕੁਸ਼ ਮਲਕ ਰਿਆਜ਼ ਨੇ ਵੀ ਤੇ ਲੈਣਾ ਸੀ ਨਾ ਹੁਣ 5 ਕੈਰਟ ਦੀ ਜਿਹੜੀ ਉਹ ਅੰਗੂਠੀ ਹੈ ਉਹਦੀ ਕੀਮਤ ਸੀ 8 ਕਰੋੜ ਰੁਪਈਆ ਉਹ 8 ਕਰੋੜ ਰੁਪਈਏ ਦੀ ਜਿਹੜੀ ਅੰਗੂਠੀ ਸੀ ਉਹ ਉਹਦੇ ਬਦਲੇ ਕੀ ਦਿੱਤਾ ਹੋਣਾ ਪੀਰਦੀ ਨੇ ਮਲਕ ਰਿਆਜ਼ ਨੂੰ ਇਹ ਵੀ ਤੇ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਨਹੀਂ ਇਹ ਹੁਣ ਜੋ ਸਾਡੇ ਕੋਲ ਸਾਫ ਦਾਬ ਆਇਆ ਉਹਦੇ ਚੇਵੇਂ ਕਿ ਉਸ ਦੌਰ ਦੇ ਵਿੱਚ ਜਿਸ ਦੇ ਦੌਰ ਦੇ ਵਿੱਚ ਇਹਨੇ ਮੰਗੀ ਤੇ ਆਡੀਓ ਜਿਹੜੀ ਹੈ ਕੈਚ ਹੋ ਗਈ ਤੇ ਲੀਕ ਹੋ ਗਈ ਬਹਿਰੀਆ ਟਾਊਨ ਦੇ ਕੁਝ ਦਫ਼ਤਰ ਜਿਹੜੇ ਨੇ ਨਾ ਉਹ ਬੰਦ ਸੀ ਕਿਸੇ ਜਗ੍ਹਾ ਤੇ ਰੌਲੇ ਪੈ ਸੀ ਲੜਾਈਆਂ ਹੋ ਰਹੀਆਂ ਸੀ ਜਿਵੇਂ ਕਰਾਚੀ ਦੇ ਵਿੱਚ ਔਰ ਪਸ਼ਾਵਰ ਦੇ ਵਿੱਚ ਲੜਾਈਆਂ ਜ਼ਮੀਨਾਂ ਦੇ ਝਗੜੇ ਔਰ ਇਹ ਵੋ ਤੇ ਬੜਾ ਖਾਤਾ ਖਤਮ ਹੋਇਆ ਸੀ ਬਹਿਰੀਆ ਟਾਊਨ ਦਾ ਕਿਉਂਕਿ ਦੋ ਨੰਬਰ ਧੰਦਾ ਜੂ ਸੀ ਸਾਰਾ ਮਤਲਬ ਮੈਂ ਤੇ ਅੱਜ ਵੀ ਕਹਿੰਦਾ ਕਿ ਅਗਰ ਤੁਸੀਂ ਬਹਿਰੀਆ ਟਾਊਨ ਨੂੰ ਸਮਾਰ ਕਰਕੇ ਉੱਥੇ ਬਾਗਾਂਤ ਲਾ ਦਿਓ ਪਾਰਕ ਬਣਾ ਦਿਓ ਤੇ ਇਹ 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 ਦੁਨੀਆ ਤੁਹਾਨੂੰ ਯਾਦ ਕਰੇਗੀ ਕਿਆਮਤ ਤੱਕ ਠੀਕ ਹੋ ਗਿਆ ਨਾ ਤੇ ਤੀਸਰਾ ਇਹ ਵਿਚ ਮਸਲਾ ਸੀ ਕਿ ਮਲਕ ریاض ਦਾ ਨਾਮ ਉਦੋਂ ਸੀਐਲ ਦੇ ਵਿੱਚ ਸੀ ਤੇ ਉਹਨੇ ਫਰਾਰ ਹੋਣਾ ਸੀ। ਉਹਦੇ ਵਾਸਤੇ ਇਹ ਡੀਲ ਹੋ ਰਹੀ ਸੀ। ਤੇ ਉਹ ਤਰੇਵੇ ਕੰਮ ਕਰਨ ਵਾਸਤੇ ਪੀਰਨੀ ਨੇ ਰੱਖ ਦਿੱਤੀ ਡਿਮਾਂਡ ਕਿ ਮੈਨੂੰ 5 ਕਰਾਟ ਹੀਰੇ ਦੀ ਅੰਗੂਠੀ ਚਾਹੀਦੀ ਏ 8 ਕਰੋੜ ਰੁਪਏ ਦੀ। ਉਹ ਫਿਰ ਮਲਕ ریاض ਦੀ ਕੁੜੀ ਨੇ ਉਹ ਫਿਰ 5 ਕਰਾਟ ਹੀਰੇ ਦੀ ਅੰਗੂਠੀ ਜਿਹੜੀ ਆ ਨਾ ਉਹ ਪਿਜਵਾ ਦਿੱਤੀ ਪੀਰਨੀ ਨੂੰ। ਔਰ ਪੀਰਨੀ ਜਿਹੜੀ ਹੈ ਉਹਨੇ ਫਿਰ ਅਗਲੇ ਦਿਨ ਬੈਰੀਆ ਟਾਊਨ ਪਸ਼ਾਵਰ ਵਾਲਾ ਦਫ਼ਤਰ ਵੀ ਖਲਵਾ ਦਿੱਤਾ ਕਰਾਚੀ ਵਾਲਾ ਵੀ ਖਲਵਾ ਦਿੱਤਾ ਔਰ ਮਲਕ ریاض ਨੂੰ ਇਸਲਾਮਾਬਾਦ 에어ਪੋਰਟ ਤੋਂ ਦੁਬਈ ਫਰਾਰ ਕਰਾ ਦਿੱਤਾ ਉਹਦਾ ਨਾਮ ECL ਦੇ ਵਿੱਚ ਹੁੰਦਿਆ ਦੁਬਈ ਫਰਾਰ ਕਰਾ ਦਿੱਤਾ ਮੈਂ ਕਿਹਾ ਮੈਂ ਜ਼ਰਾ ਰਿਕਾਰਡ ਦੀ ਦਰੁਸਤੀ ਕਰ ਲਾਂ ਕਿਉਂਕਿ ਗੱਲ ਗੱਲਾਂ ਹੁਣ ਸਾਰੀਆਂ ਅੱਗੇ ਵਧਣੀਆਂ ਨੇ ਗੋਗੀ ਦੇ ਬਾਰੇ ਬੜਾ ਕੁਝ ਨਿਕਲ ਆਇਆ ਅਸੀਂ ਤੇ ਬੜੀ ਧੀਰ ਦਾ ਕੱਢਿਆ ਇਕਨ ਹੁਣ ਜ਼ਰਾ ਚਲੋ ਕੇਸਾਂ ਦੀ ਸ਼ਕਲ ਵਿੱਚ ਔਰ ਅਖਬਾਰਾਂ ਦੇ ਵਿੱਚ ਉਹ ਪੂਰਾ ਇੱਕ ਸਨੈਰੀਓ ਬਣਦਾ ਪਿਆ ਤੇ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਵੀ ਨਾਲ ਤੁਹਾਡੇ ਦੱਸੇ ਜਾਈਏ ਬਈ 5 ਕਰਾਟ ਹੰਗੂਟ ਅੰਗੂਠੀ ਜਿਹੜੀ ਉਸ ਲਈ ਸੀ ਉਹਦੇ ਬਦਲੇ ਕੀ ਦਿੱਤਾ ਸੀ ਬੈਰੀਆ ਟਾਊਨ ਦੇ ਦਫ਼ਤਰ ਖੁਲਾਏ ਤੇ ਨਾਲ ਹੀ ECL ਦੇ ਵਿੱਚ ਉਹਦਾ ਨਾਮ ਸੀ ਮਲਕ ਰਿਆਜ਼ ਦਾ ਤੇ ਉਹਨੂੰ ਦੁਬਈ ਫਰਾਰ ਕਰਾਇਆ ਝਟ ਮੰਗਣੀ ਪਟਵਿਆ ਕਰਕੇ ਯਾਨੀ ਕਿ ਇੰਜ ਇੰਜ ਉਹ ਗਿਆ 에어ਪੋਰਟ ਤੇ ਦਰਵਾਜ਼ੇ ਖੁੱਲਦੇ ਗਏ ਨੇ ਆਉ ਪਿਆ ਜਾਂਦੇ ਜਾਦ ਆਪਣਾ ਲੈ ਕੇ ਦੇ ਨਾਮ ਦਾ ECL ਦੇ ਵਿੱਚ ਸੀ ਠੀਕ ਹੋ ਗਿਆ ਨਾ ਜੀ ਅੱਛਾ ਜੀ ਅੱਗੇ ਜਨਾਬ ਤੁਸੀਂ ਆ ਜਾਓ ਪੀਰਨੀ ਦਾ ਜਾਦੂ ਝੂਠਾ ਨਿਕਲਿਆ ਤੇ ਵੱਡਾ ਰਾਜ਼ ਫਾਸ਼ ਹੋ ਗਿਆ ਇਹ ਹੁਣ ਮਤਲਬ ਹੈ ਪੀਰਨੀ ਇਹ ਖਬਰ ਮਨੇਕਾ ਜਿਹੜਾ ਨੇ ਇਹ ਵੀ ਮੈਨੂੰ ਲੱਗਦਾ ਹੈ ਕਿ ਬਿਲਕੁਲ ਇਹ ਸੌਧ ਸਪੀਡ ਰੱਖ ਲਈ ਮੈਂ ਤੁਹਾਨੂੰ ਦੱਸਿਆ ਸੀ ਕੋ ਦਾ ਇੰਟਰਵਿਊ ਇੱਕ ਨਹੀਂ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਉਹਨੇ ਰਿਕਾਰਡ ਕਰਾਈਆਂ ਨੇ ਮੁxtਲਫ ਬੰਦਿਆਂ ਨਾਲ ਤੇ ਉਹਦੇ ਵਿੱਚ ਰੋਜ਼ ਹਰ ਰੋਜ਼ ਇਨਕਸ਼ਾਫਾਤ ਜਿਹੜੇ ਨੇ ਉਹ ਨਿਕਲਦੇ ਨੇ ਪਏ ਉਹਨੂੰ ਖਬਰ ਮਨੇਕਾ ਜਿਹੜਾ ਉਹ ਕਹਿੰਦਾ ਕਿ ਪੀਰਨੀ ਜਿਹੜੀ ਐ ਤੇ ਪੀਰਨੀ ਹੈ ਹੀ ਨਹੀਂ ਇਹ ਤੇ ਇਹਦਾ ਤਾਂ ਖਾਤਾ ਹੀ ਹੋਰ ਸੀ ਠੀਕ ਹੋ ਗਿਆ ਨਾ ਦੂਰ ਦੂਰ ਤੱਕ ਇਹਦਾ ਕੋਈ ਉਸ ਪੀਰਨੀ ਜਾਂ ਜਾਦੂ ਜਾਂ ਟੂਣਾ ਜਾਂ ਕਿਸੇ ਹਸਾਕ ਦਾ ਆਪਣਾ ਕੋਈ ਤਲਕ ਵਸਤਾ ਨਹੀਂ ਸੀ ਇਹ ਸਿਰਫ ਇੱਕ ਢੋਂਗ ਰਚਵਾਇਆ ਗਿਆ ਸੀ ਉਹਦੇ ਕੋਲ ਔਰ ਉਹਦਾ ਨਾਮ ਜਿਹੜਾ ਉਹ ਬਣਾਇਆ ਗਿਆ ਸੀ ਬਣਾਇਆ ਗਿਆ ਸੀ ਕਿ ਪੀਰਨੀ ਹੈ ਔਰ ਇਹ ਸਭ ਕੁਝ ਜਾਣਦੀ ਏ ਔਰ ਸਾਰਾ ਖਾਤਾ ਹੈ ਦਾ ਉਹ ਕਹਿੰਦਾ ਕਿ ਇਹ ਇਹ ਪੀਰਨੀ ਜਿਹੜੀ ਹੈ ਨਾ ਇਹਨੂੰ ਪੀਰਨੀ ਫੈਜ਼ ਉਮੀਦ ਨੇ ਬਣਾਇਆ ਸੀ ਫੈਜ਼ ਉਮੀਦ ਨੇ ਇਹਨੂੰ ਜਦੋਂ ਗਾਟੀ ਪਾਈ ਤੇ ਉਹਨੂੰ ਨਿਆਜ਼ੀ ਨੂੰ ਦੱਸਿਆ ਵਾ ਤੂੰ ਉਹਨੂੰ ਮਿਲ ਉਹ ਬਹੁਤ ਪਹੁੰਚੀ ਹੋਈ ਔਰਤ ਹੈ ਤੇ ਪਿੱਛੇ ਫੈਜ਼ ਉਮੀਦ ਸੀ ਉਹਨੇ ਇਹ ਸਾਰਾ ਖਾਤਾ ਜਿਹੜਾ ਇਹ ਕਰਵਾਇਆ ਸੀ ਇਹ ਹੁਣ ਉਹ ਫਾਬਰ ਮਨੇਕਾ ਕਹਿ ਰਿਹਾ ਪਤਾ ਤਾਂ ਸਾਨੂੰ ਬੜੀ ਢੇਰ ਤਾਈ ਹੈ ਨਾ ਲੇਕਿਨ ਹੁਣ ਕਿਉਂਕਿ ਗੱਲਾਂ ਖੁੱਲਦੀਆਂ 90ਆਂ ਦੇ ਇਸ ਤੋਂ ਮੈਂ ਕਿਹਾ ਮੈਂ ਤੁਹਾਨੂੰ ਦੱਸਦੀ ਮੈਂ ਪੀਰਨੀ ਜਿਹੜੀ ਉਹ ਕੋਈ ਜਾਦੂ ਕੋਈ ਟੂਣਾ ਕੋਈ ਐਸਾ ਖਾਤਾ ਹੀ ਨਹੀਂ ਸੀ ਇਹ ਫੈਜ਼ ᱩਮੀਦ ਨੇ ਉਹਨੂੰ ਕਿਹਾ ਸੀ ਕਿ ਤੂੰ ਇਹ ਢੋਂਗ ਰਚਾਣਾ ਕਿਉਂਕਿ ਨਿਆਜ਼ੀ ਜਿਹੜਾ ਉਹਦਾ ਕੋਈ ਤਲਕ ਵਸਤਾ ਨਹੀਂ ਇਸਲਾਮ ਨਾਲ ਇਹ ਸਾਰੇ ਖਾਤੇ ਨਾਲ ਉਹਨੂੰ ਪਤਾ ਹੀ ਨਹੀਂ ਹੈ ਕਿ ਮذਬੀ ਮਾਮਲੇ ਕੀ ਹੁੰਦੇ ਨੇ ਕੀ ਨਹੀਂ ਤੂੰ ਬਸ ਇਹਨੂੰ ਇੱਕ ਖਾਤੇ 'ਚ ਰੱਖ ਮੈਂ ਤੈਨੂੰ ਇਨਫੋਰਮੇਸ਼ਨ ਦਿੰਦਾ ਰਾਵਾਂਗਾ ਕਿ ਅਗਲੇ ਹਫ਼ਤੇ ਕੀ ਹੋਣਾ ਕਿਸ ਫੜੇ ਜਾਣਾ ਕਿੰਨੇ ਗ੍ਰਿਫਤਾਰ ਹੋਣਾ ਹੈ ਨਿਵਾਸਟੀਫ ਨਾਲ ਕੀ ਹੋਣਾ ਹੈ ਸ਼ਬਾਸ਼ੀਫ ਨਾਲ ਕੀ ਹੋਣਾ ਹੈ ਇਹ ਟਿਕ ਟਕ ਕਿਵੇਂ ਦੇਣੀਆਂ ਨੇ ਇਲੈਕਸ਼ਨ ਕਿਵੇਂ ਜਿੱਤਣਾ ਹੈ ਇਹ ਸਾਰੀਆਂ ਮੈਂ ਤੈਨੂੰ ਦਿਆਂਗਾ ਇਨਫੋਰਮੇਸ਼ਨ ਤੂੰ ਉਹਨੂੰ ਦੱਸਣਾ ਔਰ ਉਹਨਜੀ ਫਿਰ ਹੋਣਾ ਸ਼ੁਰੂ ਹੋ ਗਿਆ ਔਰ ਨਿਆਜ਼ੀ ਸਮਝਣ ਲੱਗ ਗਿਆ ਬਈ ਇਹ ਤਾਂ ਬੜੀ ਪਹੁੰਚੀ ਹੈ ਨਿਆਜ਼ੀ ਉਹਨੂੰ ਸਜਦੇ ਕਰਨ ਲੱਗ ਗਿਆ ਪੀਰਨੀ ਨੂੰ ਮੁਰਸ਼ਿਦ ਮੰਨ ਲਿਆ ਉਹ ਕਹਿੰਦਾ ਮੇਰੀ ਮੁਰਸ਼ਿਦ ਹੈ ਠੀਕ ਹੋ ਗਿਆ ਨਾ ਤੇ ਉਹ ਜਨਾਬ ਕਹਿੰਦਾ ਕਿ ਇਹ ਜਿੰਨੀ ਵੀ ਇਨਫੋਰਮੇਸ਼ਨ ਇਨੂੰ ਫੀਡ ਕੀਤੀ ਜਾਂਦੀ ਸੀ ਨਾ ਇਹ ਅੱਗੋਂ ਨਿਆਜ਼ੀ ਨੂੰ ਦੱਸ ਦਿੰਦੇ ਸੀ ਔਰ ਅਗਲੇ ਦਿਨ ਉਸੇ ਤਰ੍ਹਾਂ ਹੀ ਹੋ ਜਾਂਦਾ ਸੀ ਤੇ ਨਿਆਜ਼ੀ ਸਮਝਦਾ ਸੀ ਵੀ ਇਹ ਤੇ ਕੋਈ ਬੜੀ ਉਤਨਾ ਨਿਕਲੀ ਸ਼ਖਸੀਅਤ ਹੈ ਤੇ ਇਹਦੇ ਪੈਰ ਚੁੰਮਦਾ ਸੀ ਮੁਰਸ਼ਿਦ ਦੇ ਪੈਰ ਚੁੰਮਦਾ ਸੀ ਉਹ ਤੈਨੂੰ ਇੰਨੀਆਂ ਗੱਲਾਂ ਦਾ ਵੀ ਪਤਾ ਹੈ ਹਾਲਾਂਕਿ ਪਿੱਛੋਂ ਗੱਲਾਂ ਸਾਰੀਆਂ ਨੂੰ ਫੈਜ਼ ਉਮੀਦ ਕਹਿੰਦਾ ਸੀ ਤੇ ਇਹ ਫਿਰ ਜਿਹੜਾ ਉਹ ਕਹਿੰਦਾ ਵਾ ਜਿਹੜਾ ਇਹ ਗੋਸ਼ਤ ਮਗਾਣਾ ਸਾੜਨਾ ਇਹ ਸਾਰੇ ਇਹਦੇ ਇਹ ਢੌਂਗ ਸੀ ਤਾਕਿ ਨਿਆਜ਼ੀ ਨੂੰ ਪਤਾ ਲੱਗੇ ਕਿ ਇਹ ਕਿੰਨੀ ਮਿਹਨਤ ਕਰਦੀ ਹੈ ਇਹ ਖਾਤਾ ਗੋਲ ਕਰਨੇ ਚ ਉਹ ਸਭ ਕੁਝ ਜਿਹੜਾ ਝੂਠ ਔਰ ਕੁੜਲ ਸੀ ਬਿਲਕੁਲ ਆਂਦਾ ਕੋਈ ਇਹਦਾ ਤਲਕ ਵਾਸਤੇ ਨਹੀਂ ਆ ਜਾਦੂ ਨਾਲ ਟੂਨੇ ਨਾਲ ਕੋਈ ਸ਼ੈ ਨਹੀਂ ਫੈਜ਼ ਅਮੀਦ ਜਿਹੜਾ ਇਹ ਪਿੱਛੇ ਖਾਤੇ ਸਾਰੇ ਗੋਲ ਕਰਦਾ ਸੀ ਔਰ ਉਹ ਕਹਿੰਦਾ ਕਿ ਫੈਜ਼ ਅਮੀਦ ਦਾ ਜਿਹੜਾ ਮੇਨ ਮਕਸਦ ਸੀ ਪੀਰਨੀ ਦਾ ਵਿਆਹ ਕਰਵਾਉਣਾ ਤੱਕੇ ਨਾਲ ਇਮਰਾਨ ਖਾਨ ਦੇ ਨਾਲ ਉਹ ਖੁਦ ਆਰਮੀ ਚੀਫ ਉਹ ਬਣਨਾ ਚਾਹੁੰਦਾ ਸੀ ਜਿਹੜਾ ਕਿ ਉਹ ਆਖਰੀ ਵਕਤ ਤੱਕ ਜਿਹੜਾ ਨਾ ਉਹ ਲੱਗਾ ਰਿਹਾ ਉਸ ਪਿੱਛੇ ਉਹਦਾ ਇੱਕੋ ਹੀ ਮਕਸਦ ਸੀ ਕਿ ਆਰਮੀ ਚੀਫ ਬਣਨਾ ਹੈ ਔਰ ਇਹਨੂੰ ਇਸਤੇਮਾਲ ਕਰਕੇ ਇਹ ਮਾਈ ਪੀਰਨੀ ਜਿਹੜੀ ਹੈ ਇਹਨੂੰ ਇਸਤੇਮਾਲ ਕਰਕੇ ਜਿਹੜਾ ਨਾ ਉਹ ਆਰਮੀ ਚੀਫ ਬਣਨਾ ਤੇ ਬਰਹਿਲ ਉਹ ਕਾਮਯਾਬ ਨਾ ਹੋ ਸਕਿਆ ਸ਼ਾਰੀ ਮਾਸ਼ਾਅੱਲਾ ਆਗੇ ਤੇ ਸਾਰੇ ਖਾਤੇ ਫਿਰ ਲਾਂਗ ਮਾਰਚ ਵੀ ਕਰਨਾ ਪਿਆ ਤੇ ਸਾਰਾ ਸਾਖਤਾਬ ਕਰਨਾ ਪਿਆ ਔਰ ਅਰਸ਼ਦ ਸ਼ਰੀਫ ਨੂੰ ਵੀ ਉਤਾ ਚਾੜਨਾ ਪਿਆ ਤੇ ਕਾਫੀ ਯਤਨ ਕਰਨੇ ਪਏ ਲੇਕਿਨ ਉਹ ਖਾਬਰ ਮਨੇਕਾ ਕਹਿ ਰਿਹਾ ਕਿ ਇਹ ਫੈਜ਼ ਉਮੀਦ ਨੇ ਇਹਨੂੰ ਪੀਰਨੀ ਬਣਾਇਆ ਸੀ ਇਨੂੰ ਇਹਦਾ ਟਾਂਗ ਰਚਾਇਆ ਸੀ ਔਰ ਉਹਨੂੰ ਇਸ ਪਾਸੇ ਲੈ ਕੇ ਆਇਆ ਸੀ ਔਰ ਇਹਦਾ ਵਿਆਹ ਕਰਾਇਆ ਸੀ ਔਰ ਉਸ ਤੋਂ ਬਾਅਦ ਇਹਨੂੰ ਇਸਤੇਮਾਲ ਕਰਦਾ ਰਿਹਾ ਇਨਫਰਮੇਸ਼ਨ ਦਿੰਦਾ ਰਿਹਾ ਤੇ ਉਹ ਇਹਦੇ ਪੈਰਾਂ 'ਚ ਡਿੱਗ ਗਿਆ ਉਸ ਤੋਂ ਬਾਅਦ ਫਿਰ ਖੁੱਲਾ ਖਾਓ ਤੇ ਨੰਗਾ ਨਹਾਣ ਵਾਲਾ ਸਾਫ ਸੀ ਤੇ ਖੁਦ ਉਹ ਆਰਮੀ ਚੀਫ ਬਣਨਾ ਚਾਹੁੰਦਾ ਸੀ ਇਹਨੂੰ ਸੀੜੀ ਦੇ ਤੌਰ ਤੇ ਇਸਤੇਮਾਲ ਕਰਕੇ ਇਹ ਤੇ ਹੋ ਗਿਆ ਵੱਡਾ ਰਾਜ਼ ਫਾਸ਼ ਜਿਹੜਾ ਇਹ ਹੁਣ ਰਿਕਾਰਡਿੰਗ ਖਬਰ ਮਨੇ ਕਾ ਦੀ ਪਤਾ ਨਹੀਂ ਇਲੈਕਸ਼ਨਾਂ ਦੇ ਕਰੀਬ ਆਂਦੀ ਹੈ ਜਾਂ ਕੋਈ ਹਫ਼ਤੇ ਖੰਡੇ 'ਚ ਆ ਜਾਂਦੀ ਹੈ ਭਾਰਤ ਆਣੀ ਹੈ ਜੇ ਠੀਕ ਹੋ ਗਿਆ ਜੀ ਅੱਗੇ ਸਰਕਾਰ ਤੁਸੀਂ ਆ ਜੋ ਡੰਡਾ ਗਰਮ ਹੋ ਗਿਆ ਦੋ ਵੱਡੇ ਯੁੱਥੀਏ ਗ੍ਰਿਫਤਾਰ ਇਹ ਡੰਡਾ ਮੈਂ ਜੇ ਤੁਹਾਨੂੰ ਕੱਲ ਵੀ ਦੱਸਦਾ ਸੀ ਪਿਆ ਕਿ 126 ਯੁੱਥੀਏ ਜਿਹੜੇ ਨਸੇਰ ਔਰ ਛੁਪੇ ਨੇ ਰੂਪੋਸ਼ ਨੇ ਕੋਈ ਗੜਰੇ ਚ ਛੁਪਿਆ ਕੋ ਕੁਮਾਰਾਂ ਚ ਕੋਈ ਪਹਾੜਾਂ ਚ ਕੋਈ ਗਲੀਆਂ ਚ ਕੋ ਕਿੱਥੇ ਹੈ ਜਵਾਰਾਂ ਚ ਜਿਹੜੇ ਛੁਪੇ ਨੇ ਉਹ ਲੋਕ ਜਿਹੜੇ 9 ਮਈ ਦੇ ਹਮਲਿਆਂ ਦੇ ਵਿੱਚ ਮਲਵਸ ਨੇ ਉਹਨਾਂ ਦੀ ਖੈਰ ਨਹੀਂ ਉਹਨਾਂ ਤੇ ਡੰਡਾ ਹੁਣ ਤੇਜ਼ ਹੋਣਾ ਤੇ ਅੱਜ ਸਵੇਰ ਯਾਨੀ ਕਿ ਕੱਲ ਸਵੇਰ ਪਾਕਿਸਤਾਨ ਦੇ ਵਕਤ ਦੇ ਮੁਤਾਬਕ 5 ਵਜੇ ਅਜ਼ਾਨਾਂ ਦੇ ਟਾਈਮ ਮਨਸੇਰਾ ਦਾ ਇੱਕ ਲੱਕ ਹੈ ਮੇਰੇ ਖਿਆਲ ਨਾਲ ਬੱਟਲੋ ਦਾ ਨਾਮ ਹੈ ਬੱਟਲ ਜਾਂ ਜੋ ਵੀ ਹੈ ਮਨਸੇਰਾ ਹੀ ਚਲੋ ਤੁਸੀਂ ਕਹਿ ਲਓ ਉੱਥੇ ਛਾਪਾ ਜਿਹੜਾ ਨਾ ਉਹ ਮਾਰਦੇ ਨੇ ਮਾਰਨ ਵਾਲੇ ਤੇ ਦੋ ਵੱਡੇ ਗੰਦੇ ਯੂਥੀਏ ਜਿਹੜੇ ਨੇ ਉਹ ਗ੍ਰਿਫਤਾਰ ਕਰ ਲੈਂਦੇ ਨੇ ਔਰ ਦੋਵੇਂ ਹੀ ਮੈਂਬਰ ਕੌਮੀ ਅਸੈਂਬਲੀ ਸੀ ਔਰ ਦੋਵੇਂ ਹੀ ਪਾਕ ਫੌਜ ਤੇ ਹਮਲਿਆਂ ਦੇ ਵਿੱਚ ਬੜੇ ਬੜ ਚੜ ਕੇ ਮਿਲਵਸੀ ਯਾਨੀ ਕਿ ਪੂਰੀ ਤਾਕਤ ਨਾਲ ਮਲਵਤੀ ਪਾਕਿਸਤਾਨ ਤੇ ਹਮਲਿਆਂ ਦੇ ਔਰ ਫੌਜ ਤੇ ਹਮਲਿਆਂ ਦੇ ਇਹ ਦੋ ਕੌਣ ਨੇ ਇਹ ਜਨਾਬ ਇੱਕ ਸੀ ਅਲੀ ਨਵਾਜ਼ ਅਵਾਨ ਜਿਹੜਾ ਇਸਲਾਮਾਬਾਦ ਤੋਂ ਐਮਐਨਏ ਸੀ ਜਿਹਨੂੰ ਫੈਜ਼ ਉਮੀਦ ਨੇ ਬਣਾਇਆ ਸੀ ਐਮਐਨਏ ਤੇ ਇੱਕ ਆਮਰ ਡੋਗਰ ਸਾਹਿਬ ਨੇ ਮਲਤਾਨ ਤੋਂ ਜਿਹਨੂੰ ਫੈਜ਼ ਉਮੀਦ ਨੇ ਐਮਐਨਏ ਬਣਾਇਆ ਸੀ ਇਹ ਦੋ ਜਿਹੜੇ ਨੇ ਇਹ ਨਸੇ ਸੀ ਰਪੋਸ਼ ਸੀ ਪਿਛਲੇ ਕਈ ਮਹੀਨਿਆਂ ਤੋਂ ਉਹ ਤੁਸੀਂ ਅੰਦਾਜ਼ਾ ਲਾਓ ਬਈ ਜਿੰਨੇ ਵੀ ਰਪੋਸ਼ ਨੇ ਪਖਤੂਨਾਂ ਹੱਥ ਚੁਪੇਰ ਮਤਲਬ ਮੇਰਾ ਆਪਣਾ ਅੰਦਾਜ਼ਾ ਕਹਿੰਦਾ ਬਈ ਮੀਆਂ ਅਸलम ਇਕਬਾਲ ਅਰੀ ਹੈ ਹਮਾਦ ਅਜ਼ਰ ਅਰੀ ਹੈ ਜਿੰਨਾ ਹੋਰ ਇਹ ਜਿੰਨੀ ਵਾਸ਼ਲੇ ਉੱਥੇ ਛੁਪੀ ਤੇ ਇਹ ਦੋ ਵੱਡੇ ਗੰਦੇ ਯੂਥੀ ਇਹ ਮੁਲਕ ਦੁਸ਼ਮਣ ਜਿਹੜੇ ਨੇ ਇਹ ਐਮਐਨਏ ਸਾਬਕ ਜਿਹੜੇ ਨੇ ਮੈਂਬਰ ਕੌਮੀ ਅਸੈਂਬਲੀ ਇਹਨਾਂ ਨੂੰ ਮਨਸਿਹਰਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਰੰਦਾ ਜਿਹੜਾ ਇਹ ਬੜਾ ਤੇਜ਼ ਹੋ ਗਿਆ ਕਿਉਂਕਿ ਸਪੀਡਾ ਹੁਣ ਤੇਜ਼ ਹੋਣੀਆਂ ਨੇ ਮਾਮਲੇ ਅੱਗੇ ਵਧਣੇ ਨੇ ਤੇ ਇਹ 126 ਦੇ 126 ਜਿਹੜੇ ਨੇ ਇਹ ਵੱਡੇ ਪੂਰੀ ਦੀ ਪੂਰੀ ਲੀਡਰਸ਼ਿਪ ਜਿਹੜੀ ਸੀ ਜਿਹੜੇ ਪੂਰੇ ਜੋਸ਼ ਦੇ ਨਾਲ ਫੌਜ ਤੇ ਹਮਲਿਆਂ ਕਰ ਹਮਲੇ ਕਰ ਰਹੀ ਸੀ ਇਹਨਾਂ ਚੋਂ ਇੱਕ ਵੀ ਜਿਹੜਾ ਉਹ ਪਿੱਛੇ ਨਹੀਂ ਰਵੇਗਾ ਸਾਰੇ ਫੜੇ ਜਾਣਗੇ ਔਰ ਸਾਰਿਆਂ ਨੂੰ ਸਾਰਿਆਂ ਨੂੰ ਸਜ਼ਾ ਹੋਏਗੀ ਔਰ ਮਿਲਟਰੀ ਦੇ ਵਿੱਚ ਇਹਨਾਂ ਦਾ ਇਨਸ਼ਾਅੱਲਾ ਤਾਲਾ ਟ੍ਰਾਇਲ ਹੋਏਗਾ ਤੇ ਡੰਡਾ ਹੋ ਗਿਆ ਜੇ ਗਰਮ ਬਹੁਤ ਸ਼ੁਕਰੀਆ